ਐਕਚੁਅਲੀ ਜਸਟ ਆ ਰਹੀ ਸੀ ਜਿਹੜਾ ਉਹਨੇ ਇੰਡੀਆ ਦੀ ਰਾਹ ਨੂੰ ਕਿ ਕਰਤਾ ਸੀ ਕਿ ਉਹ ਮੇਰੀ ਕੁੜੀ ਦੇ ਫੁੱਦੇ ਨੂੰ ਅਮਰੀਕਾ ਦੇ ਵਿੱਚ ਜਾ ਕੇ ਸਪਲਾਈ ਕਰਨ ਤੇ ਰਾਹ ਵਾਲੇ ਆਏ ਤੇ ਮੇਰੀ ਕੁੜੀ ਦੇ ਫੁੱਦੇ ਨੂੰ ਲੈ ਗਏ ਉਹ ਪਹਿਲਾਂ ਉਹ ਚਾਈਨਾ ਲੈ ਗਏ ਤੋਂ ਬਾਅਦ ਰਸ਼ੀਆ ਉਸ ਤੋਂ ਬਾਅਦ ਅੱਗੇ ਜਾ ਕੇ ਉਹਨਾਂ ਨੇ ਅਮਰੀਕਾ ਚ ਮੇਰੀ ਕੁੜੀ ਦਾ ਫੁੱਦਾ ਸਪਲਾਈ ਕੀਤਾ ਮੇਰੀ ਕੁੜੀ ਦੇ ਫੁੱਦਾ ਕਾਫੀ ਪਾੜਤਾ ਸੀ ਉਹਨਾਂ ਨੇ ਮੈਂ ਉਹਨਾਂ ਤੋਂ ਪੁੱਛਿਆ की हो रहा कहने कुछ नहीं सरकारी काम तू बच दखल ना दे मैं क्या मेरी कुड़ी है तो तुझे कहने मैं इतो उठ के चल जाऊंगा कि हो सकता पर उन्होंने मेरी एक नहीं सुनी तो कहते दफा हो उस तो बाद जो मेरी कुड़ी का फुद्दा न्यूयॉर्क के पहुंच गया तो मैं उन्होंने फोन किया तो मैं उन्होंने कहा तू अपने फुद्दे से हाथ रख ला बंद करते कोई भी मैं क्या इंडिया का जा इजराइल का लंघ नहीं जाना चाहिए कहती अब्बा वो मैं कुटते हैं मैं मारते हैं मैं कहते हैं खोल अपना पुद्दा मैं कह नहीं तू हथ रखी रख तेन कराने की सौ लगे पर कहती नहीं अब्बा मैं तो बहुत जुलम कर रहा तेन नहीं पता मेरी फुद्दी पर कम ये बस मेरी कुड़ी का फुद्दा फाड़ देना बुरा ना चंगी तरह खिलार देना उन्हें तो होर कोई काम ही नहीं रखता जरदारी ने भी पैसे ले हुए थे इथो भी पाकिस्तान की जायज नीति कुड़ी का फुद्दा कड़वाना है ਇਹ ਕੀਮ ਕਾਫੀ ਤਕੜੀ ਸੀ ਫਿਰ ਉਸ ਤੋਂ ਬਾਅਦ ਮੇਰੀ ਕੁੜੀ ਦੇ ਫੁੱਦੇ ਨੂੰ ਉਹਨਾਂ ਨੇ ਨਿਊ ਦਿੱਲੀ ਲੈ ਗਏ ਉਹ ਉੱਥੇ ਉਹਦਾ ਚੈੱਕਅਪ ਕੀਤਾ ਉਹਨਾਂ ਨੇ ਬਲੈਕ ਡਾਕਟਰ ਕਈ ਇੰਜੀਨੀਅਰ ਇੰਡੀਆ ਦੇ ਜਿਨ੍ਹਾਂ ਨੇ ਦੱਸਿਆ ਕਿ ਇਹ ਕੁੜੀ ਜਾਂ ਤਕਨੀਕ ਦੀ ਕੋਈ 15,000 ਵਾਰ ਆਪਣੀ ਫੁੱਦੀ ਮਰਵਾ ਚੁੱਕੀ ਹੈ ਤੇ ਖੁੱਲੀ ਕਰਾ ਚੁੱਕੀ ਆ ਤੇ ਇਹਦੀ ਫੁੱਦੀ ਮਰਨ ਦੇ ਵਿੱਚ ਹੁਣ ਘੱਟ ਆਇਆ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਉਹ ਕਹਿੰਦੇ ਕਾਕਾ ਦੱਸ ਹੁਣ ਫਿਰ ਤੇਰੀ ਕੁੜੀ ਦਾ ਫੁੱਦਾ ਜੇ ਤੈਨੂੰ ਚਾਹੀਦਾ ਵਾਪਸ ਤਾਂ ਸਾਡੇ ਨਾਲ ਡੀਲ ਕਰ ਮੈਂ ਕਿਹਾ ਮੈਂ ਨਹੀਂ ਕੋਈ ਡੀਲ ਕਰਨੀ ਏਡਾ ਤੁਸੀਂ ਦਾ ਭੋਸੜਾ ਕਰਤਾ ਮੈਂ ਡੀਲ ਫਿਰ ਕੀ ਕਰਨੀ ਆ ਪਰ ਉਹਨਾਂ ਨੇ ਮੇਰੀ ਫੇਰ ਨੂੰ ਇੱਕ ਸੁਣੀ ਉਹਨਾਂ ਤਾਂ ਬਾਰ ਬਾਰ ਇਹੀ ਕਹਿਣਾ ਸਹੀ ਵੀ ਤੂੰ ਆਪਣੀ ਕੁੜੀ ਦੇ ਫੁੱਦਾ ਸਹੀ ਰੇਟ ਦੱਸ ਸਹੀ ਰੇਟ ਕੀ ਲੈਣਾ ਤੂੰ ਮੈਂ ਉਹਨਾਂ ਨੂੰ ਬਾਰ ਬਾਰ ਇਹੀ ਗੱਲ ਕਹੀ ਕਿ ਮੇਰੀ ਕੁੜੀ ਦਾ ਫੁੱਦਾ ਤੁਸੀਂ ਵਿੱਚੋਂ ਕੱਟ ਦਿਓ ਅੱਧਾ ਮੈਨੂੰ ਦੇ ਦਿਓ ਤੇ $5,00,000 ਮੈਨੂੰ ਨਾਲ ਦੇ ਦਿਓ ਮੈਨੂੰ ਇਹੀ ਚਾਹੀਦਾ ਹੋਰ ਕੁਛ ਨਹੀਂ ਮੈਨੂੰ ਚਾਹੀਦਾ ਪਰ ਉਹ ਕਹਿੰਦੇ ਨਹੀਂ ਤੂੰ ਕੋਈ ਹੋਰ ਡੀਲ ਕਰਨਾ ਤਾਂ ਹੋਰ ਮੈਂ ਕਿਹੜੀ ਡੀਲ ਕਰਾਂ ਉਹ ਕਹਿੰਦੇ ਤੂੰ ਆਪਣੀ ਕੁੜੀ ਦੇ ਫੁੱਦੇ ਦੇ ਉੱਤੇ ਮਾਜਰ ਬਣਾ ਤੇ ਇਹਨੂੰ ਮੈਂ ਨਾ ਚੰਗੀ ਤਰ੍ਹਾਂ ਟਕਾ ਕੇ ਇਹਨਾਂ ਗੋਲ ਕਰਕੇ ਇਹਦੇ ਵਿੱਚ ਸਿੱਧਾ ਕਹਿੰਦੇ ਇੱਕ ਇਜ਼ਰਾਈਲ ਦਾ ਜਹਾਜ ਪਵਾ ਤੇ ਉਹਦੇ ਉੱਪਰ ਅਮਰੀਕਾ ਦਾ ਜਹਾਜ ਅਟੈਕ ਕਰੂਗਾ ਮੈਂ ਕਿਹਾ ਇਹ ਤਾਂ ਤੁਸੀਂ ਮੇਰੀ ਬੁੰਦ ਮਾਰਨ ਵਾਲੀ ਗੱਲ ਕਰ ਰਹੇ ਹੋ ਤੇ ਪਰ ਉਹ ਮੰਨਦੇ ਹੀ ਨਹੀਂ ਸੀ ਉਹ ਸਾਲੇ ਕਹਿੰਦੇ ਸੀ ਬਸ ਤੇਰੀ ਕੁੜੀ ਤਾਂ ਫੁੱਦਾ ਆ ਤੇ ਇਹਦੇ ਵਿੱਚ ਅਸੀਂ ਜਹਾਜ ਸਿਖਾਉਣਾ ਆ ਤੁਹਾਡੇ ਮੁਸਲਮਾਨਾਂ ਨੂੰ ਮੈਂ ਕਿਹਾ ਮੇਰੀ ਕੁੜੀ ਦਾ ਇਹ ਫੁੱਦਾ ਨਾ ਹੋ ਗਿਆ ਭੈਣ ਚੋਦ ਇਹ ਗੰਗਾ ਦੀ ਨਦੀ ਹੋ ਗਈ ਜਿਹੜਾ ਚ ਜੜਮ ਮਰਜੀ ਆਇਆ ਤੇ ਨਾ ਲਿਆ ਇਹ ਕੀਮਤ ਹੈ ਧੱਕਾ ਮੈਂ ਨੀ ਬਰਦਾਸ਼ਤ ਕਰਦਾ ਧੱਕਾ ਤਾਂ ਉਹਨੂੰ ਕਹਿੰਦਾ ਜਾ ਭੈਣ ਚਲਾ ਮੈਂ ਕਿਹਾ ਠੀਕ ਆ ਮੈਂ ਚੱਲਦਾ ਇਸ ਤਰ੍ਹਾਂ ਗਿਰਦਾਰੀ ਨੇ ਮੇਰੀ ਕੁੜੀ ਦੇ ਫੁੱਦੇ ਦੀ ਹੇਠਲ ਅਮਰੀਕਾ ਨਾ ਕਰਕੇ ਪੂਰੀ ਮੁਸਲਿਮ ਕੌਮ ਨੂੰ ਧੋਖਾ ਦਿੱਤਾ ਅੱਲਾ ਕੁੱਲਾ ਪਾਕਿਸਤਾਨ ਦੀ ਕਾਂਚ ਲੁੱਲਾ ਮੁੱਲੇ ਚੌਂਦੇ ਲੁੱਲੇ ਸਾਰਾ ਚਿੱਤਰ ਖੁੱਲ